नमस्कार। पूरी दुनिया ਦੇ ਵਿੱਚ ਸਾਡਾ ਪ੍ਰੋਗਰਾਮ ਤਾਰੇ ਆਖਦੇ ਨੇ ਵੇਖ ਰਹੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਅੱਜ ਗੱਲ ਕਰਦੇ ਹਾਂ ਕਰਕ ਲਗਨ ਦੀ ਕੁੰਡਲੀ ਦੇ ਵਿੱਚ ਸ਼ੁੱਕਰ ਜਦੋਂ 11ਵੇਂ ਭਾਵ ਦਾ ਸਵਾਮੀ ਹੁੰਦਾ ਹੈ, ਜੇ 7ਵੇਂ ਤੇ 12ਵੇਂ ਸਥਾਨ ਦੇ ਵਿੱਚ ਹੋਵੇ ਤਾਂ ਬਹੁਤ ਜ਼ਿਆਦਾ ਜਾਤਕ ਕਾਮੁਕ ਹੁੰਦਾ ਹੈ ਤੇ ਵਿਸ਼ੇ ਭੋਗ ਦੇ ਵਿੱਚ ਲਿਪਤ ਰਹਿਣ ਵਾਲਾ ਹੁੰਦਾ ਹੈ। ਕੁੰਡਲੀ ਦੇ ਵਿੱਚ ਸ਼ੁੱਕਰ ਤੇ ਰਾਹੂ ਜੇ 12ਵੇਂ ਭਾਵ ਦੇ ਵਿੱਚ ਬੈਠੇ ਹੋਣ ਤਾਂ ਵਿਅਕਤੀ ਦੀ ਮਾਤਾ ਬਹੁਤ ਲੰਬੇ ਸਮੇਂ ਤੋਂ ਕਿਸੇ ਵੀ ਰੋਗ ਦੇ ਨਾਲ ਗ੍ਰਸਤ ਰਹਿੰਦੀ ਹੈ ਤੇ ਉਹਦੀ ਉਮਰ ਵੀ ਜਿਹੜੀ ਹੈ ਘੱਟ ਹੁੰਦੀ ਹੈ, ਕਿਉਂਕਿ ਰਾਹੂ ਨਾ ਕੇਵਲ ਆਪਣੀ ਯੁਤੀ ਦੇ ਨਾਲ ਜਿਹੜਾ ਹੈ ਚੌਥੇ ਭਾਵ ਦੇ ਸਵਾਮੀ ਸ਼ੁੱਕਰ ਨੂੰ ਪ੍ਰਭਾਵਿਤ ਕਰਦਾ, ਬਲਕਿ ਰਾਹੂ ਦੀ ਦ੍ਰਿਸ਼ਟੀ ਜਿਹੜੀ ਹੈ ਚੌਥੇ ਭਾਵ ਦੇ ਉੱਤੇ ਵੀ ਪੈਂਦੀ ਹੈ। ਰਾਹੂ ਲੰਬੀ ਤੇ ਜਿਹੜਾ ਹੈ ਅਸਾਧਿਆ ਬਿਮਾਰੀਆਂ ਦਾ ਕਾਰਕ ਹੋ ਜਾਂਦਾ ਹੈ। ਸੋ ਜੇ ਸ਼ੁੱਕਰ ਕੁੰਡਲੀ ਦੇ ਵਿੱਚ ਸ਼ਨੀ ਤੇ ਰਾਹੂ ਦੇ ਨਾਲ ਪ੍ਰਭਾਵਿਤ ਹੈ ਤਾਂ ਜਾਤਕ ਨੂੰ ਗੱਡੀ ਵੀ ਨਹੀਂ ਮਿਲ ਪਾਉਂਦੀ। ਸੋ ਜਾਤਕ ਦੇ ਕੋਲ ਜ਼ਮੀਨ ਦਾ ਸੁੱਖ ਜਾਂ ਘਰ ਦਾ ਸੁੱਖ ਵੀ ਨਹੀਂ ਮਿਲ ਪਾਉਂਦਾ। ਕਰਕ ਲਗਨ ਦੇ ਵਿੱਚ ਜਾਤਕਾਂ ਦੀ ਕੁੰਡਲੀ ਦੇ ਵਿੱਚ ਮੰਗਲ 10ਵੇਂ ਕੇਂਦਰ ਤੇ 5ਵੇਂ ਤ੍ਰਿਕੋਣ ਦਾ ਸਵਾਮੀ ਹੋਣ ਦੇ ਕਾਰਨ ਯੋਗ ਕਾਰਕ ਤੇ ਸ਼ੁਭ ਗ੍ਰਹਿ ਬਣ ਜਾਂਦਾ ਤੇ ਧਨ ਪਦਵੀ ਸਨਮਾਨ ਤੇ ਤਰੱਕੀ ਦੇਣ ਵਾਲਾ ਹੋ ਜਾਂਦਾ ਹੈ। ਮੰਗਲ ਦੇ ਸ਼ੁਭ ਹੋਣ ਤੇ ਸੰਤਾਨ ਪੁੱਤਰਾਂ ਤੇ ਪੁੱਤਰੀਆਂ ਦੀ ਪ੍ਰਾਪਤੀ ਹੁੰਦੀ ਹੈ। ਸੋ ਮੰਗਲ ਦੇ ਸ਼ੁਭ ਗ੍ਰਹਿਆਂ ਦੇ ਨਾਲ ਦ੍ਰਿਸ਼ਟੀ ਹੋਣ ਦੇ ਕਾਰਨ ਜਾਤਕ ਦੀ ਸੰਤਾਨ ਜਿਹੜੀ ਹੈ ਵਿਦਿਆ ਪ੍ਰਾਪਤ ਕਰਨ ਦੇ ਵਿੱਚ ਸਭ ਤੋਂ ਗਾਹਾਂ ਰਹਿੰਦੀ ਹੈ ਤੇ ਮੰਗਲ ਕਮਜ਼ੋਰ ਹੋਵੇ ਤਾਂ ਜਾਤਕ ਨੂੰ ਆਪਣੀ ਸੰਤਾਨ ਦੇ ਦੁਆਰਾ ਹੀ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇਨਸਾਨ ਦੀ ਸੰਤਾਨ ਜਿਹੜੀ ਹੈਗੀ ਆ ਉਹ ਵੀ ਵਿਦਿਆ ਦੇ ਵਿੱਚ ਉਹਨੂੰ ਵੱਖ ਵੱਖ ਤਰ੍ਹਾਂ ਦੀਆਂ ਪ੍ਰੋਬਲਮਸ ਆ ਜਾਂਦੀ ਹੈ ਤੇ ਸੰਤਾਨ ਚੰਗੀ ਸਿੱਖਿਆ ਹਾਸਲ ਨਹੀਂ ਕਰ ਪਾਉਂਦੀ। ਕਰਕ ਲਗਨ ਦੇ ਵਿੱਚ ਪੰਚਮ ਦੇ ਵਿੱਚ ਹੀ ਹੋਵੇ, ਯਾਨੀ ਕਿ ਵਰਿਸ਼ਚਿਕ ਰਾਸ਼ੀ ਦਾ ਸਭ ਗ੍ਰਹਿ ਹੀ ਮੰਗਲ ਆਪਣੇ ਘਰ 'ਚ ਬੈਠਾ ਹੋਵੇ ਤਾਂ ਜਾਤਕ ਨੂੰ 3 ਪੁੱਤਰਾਂ ਦੀ ਪ੍ਰਾਪਤੀ ਹੁੰਦੀ ਹੈ। ਕਰਕ ਲਗਨ ਦੇ 5ਵੇਂ ਭਾਵ ਦੇ ਵਿੱਚ ਰਾਹੂ ਸਥਿਤ ਹੋਵੇ ਤੇ ਮੰਗਲ ਉਹਨੂੰ ਦੇਖ ਰਿਹਾ ਹੋਵੇ ਤਾਂ ਜਾਤਕ ਨੂੰ ਘੱਟ ਉਮਰ ਵਾਲੇ ਯੋਗ ਦਾ ਪੁੱਤਰ ਉਹਦੇ ਪੈਦਾ ਹੁੰਦਾ ਹੈ। ਸੋ ਕਰਕ ਲਗਨ ਵਾਲੇ ਜਾਤਕਾਂ ਦੀ ਪਤਨੀ ਜਿਹੜੀ ਹੈ ਧਾਰਮਿਕ ਵਿਚਾਰਾਂ ਵਾਲੀ, ਪੁੰਨਿਆ ਆਤਮਾ, ਪਤੀਵ੍ਰਤਾ, ਗੁਣਵਤੀ, ਸੌਭਾਗਿਆਸ਼ਾਲੀ ਤੇ ਸ੍ਰੇਸ਼ਟ ਕੰਨਿਆਵਾਂ ਨੂੰ ਜਨਮ ਦੇਣ ਵਾਲੀ ਹੁੰਦੀ ਹੈ। ਸੋ ਇਹਨਾਂ ਦੀ ਪਤਨੀ ਜਿਹੜੀ ਹੈ ਬੁਰੇ ਸਮੇਂ 'ਚ ਵੀ ਪਤੀ ਦਾ ਪੂਰਾ ਸਾਥ ਦੇਣ ਵਾਲੀ ਹੁੰਦੀ ਹੈ ਤੇ ਉਹਨੂੰ ਤੱਕ ਦੇਣ ਵਾਲੀ ਹੁੰਦੀ ਹੈ। ਸੋ ਐਸੇ ਜਾਤਕ ਦੀ ਪਤਨੀ ਉਹਦੇ ਵਪਾਰ ਜਾਂ ਕਾਰੋਬਾਰ ਦੇ ਵਿੱਚ ਵੀ ਉਹਨੂੰ ਸਹਿਯੋਗ ਦਿੰਦੀ ਹੈ। ਸੋ ਜੋਤਿਸ਼ ਕੀ ਹੈ? ਇੱਕ ਕੈਲਕੂਲੇਟਿਡ ਸਾਇੰਸ ਹੈਗੀ ਹੈ ਜਿਹ ਨਾਲ ਅਸੀਂ ਦੇਖ ਸਕਦੇ ਹਾਂ ਕਿਹੜੇ ਗ੍ਰਹਿ ਮਾੜੇ ਹੈ, ਉਹਨਾਂ ਦੇ ਲਈ ਕਿਹੜੇ ਕਿਹੜੇ ਦਾਨ ਪੁੰਨ ਅਸੀਂ ਕਰ ਸਕਦੇ ਹਾਂ, ਕਿਹੜਾ ਸਟੋਨ ਪਾਈਏ, ਕਿਹੜਾ ਰੁਦਰਾਕਸ਼ ਪਾਈਏ ਜਿਹ ਨਾਲ ਜ਼ਿੰਦਗੀ ਵਧੀਆ ਬਣ ਸਕਦੀ ਹੈ। ਜਦੋਂ ਵੀ ਜਿਗਰ ਦੇ ਵਿੱਚ ਸੁੱਜਣ ਪੈਦਾ ਹੋ ਜਾਏ ਤਾਂ ਉਹਦੇ ਲਈ ਖਰਬੂਜਾ ਖਾਓ, ਕਿਉਂਕਿ ਇਹ ਹਾਜ਼ਮੇ ਦੇ ਗੁਣ ਦੇ ਕਾਰਨ ਬਹੁਤ ਵਧੀਆ ਤੇ ਜਿਗਰ ਦੀ ਸੁੱਜਣ ਨੂੰ ਖਤਮ ਕਰ ਦਿੰਦਾ ਹੈ। 3 ਕੋਨ ਦਾ ਪਲਾਟ, ਯਾਨੀ ਕਿ ਐਸਾ ਪਲਾਟ ਜਿਹਦਾ ਕਿ ਉੱਤਰ ਪੂਰਵੀ ਕੋਨਾ ਕੱਟਿਆ ਹੋਇਆ ਹੋਵੇ, ਜਾਂ ਜਿਹੜਾ ਦੈਤਯ ਪ੍ਰਿਸ਼ਠ ਭੂਮੀ ਜਿਹੜੀ ਕਿ ਪੂਰਵੀ ਜਾਂ ਦਕਸ਼ਿਣ ਪੂਰਵ ਪਾਸੇ ਉੱਠੀ ਹੋਈ ਹੋਵੇ, ਜਿਹਦਾ ਜਿਹੜਾ ਹੈ ਪਰਿਮਾਪ ਪੂਰਵ ਪੱਛਮ ਦੇ ਵਿੱਚ ਉੱਤਰ ਦਕਸ਼ਿਣ ਦੀ ਤੁਲਨਾ ਦੇ ਵਿੱਚ ਜ਼ਿਆਦਾ ਹੋਵੇ, ਜਾਂ ਕੁੰਭ ਆਕ੍ਰਿਤੀ ਯਾਨੀ ਕਿ ਘੜੇ ਦੇ ਸਮਾਨ ਦੀ ਆਕ੍ਰਿਤੀ ਹੋਵੇ, ਜਾਂ ਧਨੁਸ਼ ਦੇ ਆਕਾਰ ਦੀ ਭੂਮੀ ਹੋਵੇ, ਨਾ ਤਾਂ ਮਕਾਨ ਬਣਾਉਣ ਲਈ ਵਧੀਆ ਹੈਗੀ ਹੈ, ਨਾ ਹੀ ਰਹਿਣ ਦੇ ਲਈ ਵਧੀਆ ਮੰਨੀ ਗਈ ਹੈ। ਸੋ ਇਸੇ ਤਰੀਕੇ ਦੇ ਨਾਲ ਦੋ ਵੱਡੇ ਪਲਾਟਸ ਦੇ ਵਿੱਚ ਛੋਟੇ ਆਕਾਰ ਦਾ ਪਲਾਟ ਹੋਵੇ ਤਾਂ ਉਹਦੇ ਉੱਤੇ ਵੀ ਭਵਨ ਦਾ ਕਦੀ ਨਿਰਮਾਣ ਨਹੀਂ ਕਰਨਾ ਚਾਹੀਦਾ। ਪਿਆਰੇ ਦਰਸ਼ਕੋ, ਵਾਸਤੂ ਬਹੁਤ ਹੀ ਜ਼ਿਆਦਾ ਪਾਵਰਫੁੱਲ ਸਾਇੰਸ ਹੈਗੀ ਹੈ। ਤੁਹਾਡੇ ਘਰ ਦੇ ਵਿੱਚ ਕਿੱਥੇ ਕਿੱਥੇ ਕੀ ਬਣਨਾ ਚਾਹੀਦਾ ਹੈ ਉਹ ਇੱਕ ਵਾਸਤੂ ਹੈ। ਘਰ ਦੇ ਵਿੱਚ ਕਿੱਥੇ ਕਿੱਲ ਨਹੀਂ ਵੀ ਲਾਣੀ, ਕਿੱਥੇ ਲਾਣੀ ਹੈ, ਇਹ ਵੀ ਚੀਜ਼ਾਂ ਜਿਹੜੀਆਂ ਵਾਸਤੂ ਦੇ ਅੰਤਰਗਤ ਆਉਂਦੀਆਂ, ਜਿਹੜੀਆਂ ਸਾਨੂੰ ਬਹੁਤ ਜ਼ਿਆਦਾ ਟਰਬਲ ਦਿੰਦੀਆਂ। ਬੜੀ ਵਾਰੀ ਅਸੀਂ ਦੇਖਦੇ ਹਾਂ ਇੱਕ ਬੰਦੇ ਦੇ ਗ੍ਰਹਿ ਬਹੁਤ ਟੌਪ ਦੇ ਹੁੰਦੇ ਆ, ਲੇਕਿਨ ਜ਼ਿੰਦਗੀ ਉਹਦੀ ਟੋਟਲੀ ਬਰਬਾਦ ਹੁੰਦੀ ਹੈ। ਇਹਦਾ ਕਾਰਨ ਹੁੰਦਾ ਕਿ ਉਹਦੀ ਲਾਈਫ ਦੇ ਵਿੱਚ, ਉਹਦੇ ਮਕਾਨ ਦੇ ਵਿੱਚ ਜਿੱਥੇ ਉਹ ਰਹਿ ਰਿਹਾ, ਉੱਥੇ ਵਾਸਤੂ ਦਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੈ। ਜੇ ਤੁਹਾਡੀ ਲਾਈਫ 'ਚ ਵੀ ਇੱਦਾਂ ਹੋ ਰਿਹਾ ਤਾਂ ਫਟਾਫਟ ਆਪਣੇ ਘਰ ਦਾ ਜਾਂ ਤਾਂ ਤੁਸੀਂ ਸਾਡੇ ਤੋਂ ਵਾਸਤੂ ਵਿਜ਼ਿਟ ਕਰਵਾ ਸਕਦੇ ਹੋ, ਜਾਂ ਨਕਸ਼ਾ ਲੈ ਕੇ, ਟਾਈਮ ਲੈ ਕੇ, ਨਕਸ਼ਾ ਚੈੱਕ ਕਰਾਉਣ ਦੀ ਫੀਸ ਪੇ ਕਰਕੇ, ਉਸ ਤੋਂ ਬਾਅਦ ਤੁਸੀਂ ਨਕਸ਼ੇ ਨੂੰ ਚੈੱਕ ਕਰਵਾ ਕੇ ਬਿਨਾਂ ਤੋੜ ਫੋੜ ਤੇ ਆਪਣੇ ਘਰ ਦਾ ਵਾਸਤੂ ਠੀਕ ਕਰਵਾ ਸਕਦੇ ਹੋ। ਮੈਂ ਲਿਫਟ ਰਹਿੰਦੀ ਹਾਂ, ਕਾਲਜ ਦੇ ਵਿੱਚ ਆਪਣੀ ਕੰਟੀਨ ਚਲਾਉਂਦੀ ਹਾਂ। ਮੈਨੂੰ ਸੁਖਵਿੰਦਰ ਜੀ ਦਾ ਬਹੁਤ ਸਾਥ ਮਿਲਿਆ। ਮੇਰੇ ਕਈ ਕੰਮ ਅੜਦੇ ਪਏ ਸੀ, ਜਿਹੜੇ ਕਿ ਮੈਂ ਇਹਨਾਂ ਨੂੰ ਮਿਲਣ ਤੋਂ ਬਾਅਦ ਮੇਰੇ ਕੰਮ ਪੂਰੇ ਹੋਏ, ਨਾ ਹੀ ਮੇਰੇ ਬੇਟੇ ਦਾ ਵੀਜ਼ਾ ਲੱਗ ਗਿਆ। ਮੇਰੀ ਵਿਦੇਸ਼ ਜਾਣ ਦੀ ਬਹੁਤ ਜ਼ਿਆਦਾ ਤਮੰਨਾ ਸੀਗੀ, ਲੇਕਿਨ ਮੇਰੇ ਸਟਾਰਸ ਇੰਨੇ ਫੇਵਰ 'ਚ ਨਹੀਂ ਸੀਗੇ। ਪਰ ਜਦੋਂ ਮੈਂ ਸੁਖਵਿੰਦਰ ਜੀ ਦਾ ਪ੍ਰੋਗਰਾਮ ਦੇਖਿਆ ਤਾਂ ਮੈਂ ਉਹਨਾਂ ਦੇ ਰੈਮੇਡੀਜ਼ ਕੀਤੇ ਤਾਂ ਉਹਨਾਂ ਦੇ ਉਪਾਅ ਕੀਤੇ, ਤਾਂ ਮੇਰਾ ਵਿਦੇਸ਼ ਯਾਤਰਾ ਦਾ ਹੋ ਗਿਆ ਸਫਲ ਪੂਰਾ ਕੰਮ। ਅਤੇ ਹੁਣ ਮੈਂ ਇਸ ਵੀਰਵਾਰ ਨੂੰ ਕੈਨੇਡਾ ਜਾ ਰਿਹਾ ਹਾਂ, 2 ਤਰੀਕ ਨੂੰ। ਅਤੇ ਹੁਣ ਇਹ ਮੈਂ ਉੱਥੇ ਜਾ ਕੇ ਆਪਣੇ ਹਿੰਦੁਸਤਾਨ ਦਾ ਨਾਮ ਜ਼ਰੂਰ ਚਮਕਾਉਂਗਾ। ਆਮ ਤੌਰ 'ਤੇ ਦੋ ਰੁਦਰਾਕਸ਼ਾਂ ਨੂੰ ਸਿਲ ਦੇ ਉੱਤੇ ਘਿਸਾ ਘਿਸਾ ਕੇ ਜਿਹੜਾ ਹੈ
जोड़ के गौरी शंकर रुद्राक्ष का निर्माण किया जाता है। इसे तरीके दे नाल तीन रुद्राक्षां नूं भी आपस जोड़ के त्रिजुगी बना दिता जाता है। सो असली गौरी शंकर की पहचान यही है कि उदे ते बनिया हुई धारियां नैचुरल होंदियां है। एक गौरी शंकर के उत्ते सत या अठ धारियां होंदियां जिहड़ियां आपस दे विच परस्पर दूरी का अंतर होंदा है, एक समान दूरी कदी नहीं होंदी। सो असली गौरी शंकर वज्र के समान जिहड़ा है मजबूत ते कठोर होंदा है, बहुत ज़्यादा ताकत लगा के भी तोड़ना या उहदे दोनों हिस्सों नूं अलग करना बहुत मुश्किल है। जो उन्हें तोड़ा जाए तो उसके टुटे हुए भाग एक समान नहीं होंगे, उसका टुटना कुदरती रूप से विखंडित हो जाता है। इस तरीके के नाल त्रिजुगी रुद्राक्ष की पहचान की जा सकती है। नकली या जुड़े हुए रुद्राक्ष बड़े आसानी नाल अलग अलग हो जाते हैं। सो गौरी शंकर के मुकाबले त्रिजुगी ज़्यादा मूल्यवान होंदा है। हर इंसान को अपनी जिंदगी दे विच कम से कम एक रुद्राक्ष जरूर पाना चाहिए, लेकिन टेवा दिखा के। जदों सूर्य उदय हो रहा होवे तां गिल्ले सिर तुसीं जिहड़ा गायत्री मंत्र जपो ते शुरू दे विच तीन वारी ओम बोलो, हाथ इदां रखो जिदां कि बहुत ज़्यादा तप रहे होए हैं। एंड दे विच 12 वारी मंत्र नूं तुसीं जप के जिहड़ा है हत्थां नूं आपस दे विच रगड़ के अपने मूँह ते फेर लो, जिदां तुहानूं तुहाडे जिन्ने भी स्टडीज़ दे विच प्रॉब्लम्स आ गईआं दूर होणगीआं ते परीक्षा दे विच चंगे नतीजे तुहानूं मिलणगे। मेलाकाइट स्टोन के बारे गल करते हैं, जिन्हों असी दाना फिरंग नाम के नाल भी जानते हैं। यह बहुत सारे रंगों च मिलता है, जिदा कि गहरा हरा, सुरख पीला, मोर कंठी आदि। सो इन्हू जरा अंगूठी के पहनने के नाल गुरदे का दर्द दूर हो जाता है। जदों किसी ने जहर खा लिया होवे तां इन्हू नींबू के रस के नाल किसके देन दे नाल तुरंत उल्टी हो जाती है, जहर का असर खत्म हो जाता है। इहदा सुरमा अखां की जोत के लिए बहुत वधिया हुंदा है। सो इन्हू कोल रखण दे नाल इंसान की काम शक्ति भी वधदी है। फिर लाजवर्त यानी कि लैपिस लजूली जिहड़ा कठोर ते चमक वाला हुंदा है, इन्हू नील रतन भी कहिंदे आ क्योंकि इहदा रंग गहरा नीला हुंदा है। पत्थरी के कष्ट, गुरदिया के दर्द, मसाने की कमजोरी के बवासीर आदि रोगों के लिए लाभकारी हैगा। सो इन रोगों के भस्म का इस्तेमाल किया जाता, नाल ही नाल ये हिरदे को भी मजबूत करता है। इहदा सुरमा अखां दे विचों जिहड़ा है पानी गिरन की बीमारी नूं दूर करता है। इहनूं पहनन दे नाल सन्मान दे विच वाधा हुंदा है, बच्चे के गले दे विच बन्नन नाल उहदा डरना ते उहदा चौंकना दूर हो जाता है। फिर है चंद्रकांत मनी यानी कि मूनस्टोन, जिहदा रंग दुधिया गां दे दंद दे समान हुंदा है। इहदे विच जिहड़ा हल्के हल्के नीले रंग दे बदल दिखाई देंदे आ, कहा जाता है कि इस मणि दे विच चंद्रमा दी किरणां समा जांदियां है। बहुत ही गुणकारी पत्थर हैगा। जब कोई पेड़ फल ना दे रहा हो तो उस ते चंद्रकांत मनी टंग दो तो फल देने लग जाएगा। गुर्दे रोग दे विच बहुत ज़्यादा लाभकारी दवाई हैगी है, इहदे लई इहदी भस्म का सेवन करना चाहिए। मिर्गी के रोगी नूं मसर दी एक दाल दे बराबर किसके पिलान या सुंगान दे नाल जिहड़ा है इह स्टोन लाभ हुंदा है। सो इहनूं जिहड़ा अंगूठी दे विच धारण करन दे नाल कीर्ति वधदी है, हर तरह का डर दूर हुंदा है। जिस व्यक्ति का जन्म जिहड़ा कृष्ण पक्ष दे विच होया होए उहनूं इह धारण दे नाल करन नाल पुछ जान सकदा है। यह शुक्ल पक्ष के जन्म लैन वाले व्यक्ति के विवाहित जीवन के हर तरह के मन मुटाव को दूर करता है। इन्हों मूँह च रखने के नाल इंसान को पता लग जाता है किड़ा काम करने भला होएगा, किड़ा काम करने माड़ा होएगा। इसलिए इन असी दैवीय शक्ति वाला रतन भी कहने हैं। मेषा की एरिस राशि वालों अज अचानक धन की प्राप्ति हो सकती है। वृषा की टॉरस राशि वालों की मदद के लिए पूरी दुनिया इकट्ठी हो सकती है। मिथुन यानी कि जैमनी राशि वालों के लिए अज ध्यान के नाल तुसीं अपने वाहीकल नूं चलान क्योंकि एक्सीडेंट होने का डर हो सकता है। कर्क यानी कैंसर राशि वाले पेट का ध्यान रखन, ज़्यादा उल्टा पुलटा ना खान। सिंह यानी लियो राशि वालों के लिए जिहड़ा है अज का दिन व्यापार में बहुत अगे ले जा सकोगे। कन्या यानी वर्गो राशि वाले मन चाहे स्टडी कोर्सेज के वधिया नाम कमा सकोगे। तुला यानी लिब्रा राशि वाले बच्चों के कारण अज थोड़ी जी तुसीं तनाव की स्थिति महसूस कर सकते हो। वृश्चिक यानी स्कॉर्पियो राशि वाले अज सफर के दौरान थोड़ी जेब कट्टी जा सकती है। तुहानू यानी सैजिटेरियस राशि वाले बहुत वधिया दिन है, शादी की गलबात सिरे चढ़ सकती है। मकर यानी कैप्रीकॉन राशि वाले जिन्हों को नौकरी नहीं अज नौकरी मिल सकती है। तो कुंभ यानी एक्वेरियस राशि वाले एजेंट्स तो सावधान रहियो, विदेश जाने के नाम से थोड़ा लुटिया जा सकता है। आखिर मीन यानी कि पाइसिस राशि वाले मीडिया के छाए रहोंगे। सो बड़े दर्शक पूछते हैं कि सुखमिंदर जी असं आप आके थोड़ा मिलना चाहते हैं, तकदीर का हाल जानना चाहते हैं, थोड़े तो रतन से रुद्राक्ष लेके पाना चाहते हैं, वास्तु का विजिट करवाना चाहते हैं या नक्शा चैक करवाना चाहते हैं। प्यारे दर्शकों, इन सारिया चीज़ों के लिए सब तो पहले साढ़े तो टाइम दे सकते हो, साड़ा पता नोट कर लो। ज्योतिषी सुखमिंदर 30G सराबा नगर लुधियाना पंजाब इंडिया। फोन नंबर 94170-2533-98-628-2533। साढ़े इस प्रोग्राम नूं तुसी फेसबुक के उत्ते, यूट्यूब के उत्ते, कैनेडियन टीवी चैनल झांझर टीवी के उत्ते भी देख सकते हो। कल फिर मिलांगे जी, कल तक लई नमस्कार।